ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਇਹ ਵੀਰ ਆ ਜੀ, ਇਹ ਆਪਣਾ ਨਾਮ ਰਮੈਣ ਦੱਸਦਾ ਜੀ, ਅਤੇ ਇਹ ਵੀਰ ਇੱਥੇ ਲਿਬਾਸ ਮਹਿੰਗਾ ਪਿਆ ਸੀ ਕਈ ਦਿਨਾਂ ਤੋਂ। ਇਹ ਲੁਧਿਆਣੇ ਦਾ ਸਭ ਤੋਂ ਵਧੀਆ ਏਰੀਆ ਕਮਿਸ਼ਨਰ ਸਾਹਿਬ ਦਾ, ਸਪੋਰਟਸ ਅਥਾਰਟੀ ਦਾ ਆਫਿਸ ਆ ਜੀ, ਮਾਲ ਰੋਡ ਦੇ ਨਾਲ ਹੀ ਜਿਹੜਾ ਅਗਲਾ ਰੋਡ ਆ ਜੀ ਮਾਤਾ ਰਾਣੀ ਚੌਂਕ ਵਾਲਾ ਜੀ, ਉਸ ਰੋਡ ਦੇ ਉੱਪਰ ਪਿਆ ਵੀ ਗੁਰੂ ਨਾਨਕ ਸਟੇਡੀਅਮ ਦੇ ਬਾਹਰ ਇਹ ਨੰਗਾ ਪਿਆ ਸੀ ਬੜੀ ਮਾੜੀ ਹਾਲਤ ਦੇ ਵਿੱਚ। ਪੰਜਾਬ ਕੇਸਰੀ ਅਖਬਾਰ ਦੇ ਵਿੱਚ ਅੱਜ ਅਖਬਾਰ ਦੇ ਵਿੱਚ ਅਸੀਂ ਖਬਰ ਪੜ੍ਹੀ, ਉਹਦੇ ਵਿੱਚ ਲਿਖਿਆ ਹੋਇਆ ਸੀ, ਇਹਨਾਂ ਦੇ ਬਾਰੇ ਦੇ ਵਿੱਚ ਫੋਟੋ ਲੱਗੀ ਹੋਈ ਸੀ। ਅਸੀਂ ਉੱਥੋਂ ਦੇਖ ਕੇ ਮਨੁੱਖਤਾ ਦੀ ਸੇਵਾ, ਸਭ ਤੋਂ ਵੱਡੀ ਸੇਵਾ ਸੁਸਾਇਟੀ ਤੋਂ ਅਸੀਂ ਇੱਥੇ ਪਹੁੰਚੇ ਹਾਂ ਜੀ, ਅਤੇ ਇਹ ਵੀਰ ਨੂੰ ਹੁਣ ਆ ਕੇ ਅਸੀਂ ਨਾਰੀਅਲ ਬੁਲਾਇਆ, ਅਤੇ ਆਹ ਵੀਰ ਬਾਰੇ ਇਹਦੇ ਬਾਰੇ ਸਾਰੀ ਜਾਣਕਾਰੀ ਦਿੰਦਾ ਜੀ, ਤੁਹਾਨੂੰ ਇਹ ਕੋਲੇ ਰਹਿੰਦਾ ਇਹੀ ਵਿਚਾਰਾ ਇਹਨੂੰ ਸੰਭਾਲ ਰਿਹਾ ਜੀ। ਜੀ ਜੀ, ਇਹਦੇ ਕੋਲ ਲਾਈਟ ਲੋਟੀ ਦੱਸੋ, ਸਾਰੀ ਗੱਲ ਦੱਸੋ ਇਹਨਾਂ ਨੂੰ, ਬੋਲ ਕੇ ਦੱਸੋ ਜੀ ਇਹ ਕਿੰਨੇ ਟਾਈਮ ਤੋਂ ਇੱਥੇ ਪਏ ਆ ਜੀ? ਅਰੇ ਕਰੀਬ 1.5 ਸਾਲ ਹੋ ਗਿਆ ਬਾਬੂ ਜੀ। ਕਿਆ ਹੋਆ ਤਾਂ ਨੇੜੇ ਆਇਆ ਹੋਣਾ, ਕਿਆ ਹੋਇਆ ਇਨਕੋ? ਬਾਬੂ ਜੀ 1.5 ਸਾਲ ਹੋ ਗਿਆ, ਇਹ ਕਮ ਸੇ ਕਮ ਇਨਕੇ ਲਖਵਾ ਮਾਰਾ 1.5 ਸਾਲ ਹੋ ਗਿਆ, ਲੈਟਿੰਗ ਟੱਟੀ ਹੋਏ, ਮਤਲਬ ਇਹਨੇ ਇੱਧਰ ਸਟੇਡੀਅਮ ਪੜੇ ਥੇ, ਇਹਨੇ ਉਠਾ ਕੇ ਇੱਧਰ ਰੱਖੇ, ਉਸਕੇ ਬਾਅਦ ਇਹਨੇ ਲਾਈਟਿੰਗ ਲੁਟਿੰਗ ਕਰਾਤੇ ਥੇ, ਉਠਾਤੇ ਥੇ, ਬੈਠਾਤੇ, ਇਹ ਕਰਕੇ ਇੱਧਰ ਆ ਕੇ ਪਿੱਛੇ ਬੈਠਾ ਬਿਠਾ ਕੇ ਕਮ ਸੇ ਕਮ ਜਿਹੜੇ ਰਹਿਣੇ ਵਾਲੇ ਬਿਹਾਰ ਕੇ ਹੈ। ਹਾਂ ਜੀ, ਹਾਂ ਜੀ, ਹਾਂ ਜੀ, ਬਿਹਾਰ ਹਮ ਜੀ, ਜੰਮੂ ਕਟਰਾ ਕਰਾਣੇ ਵਾਲੇ ਹੈ। ਤੇਰੇ ਕੋਲ ਜਾਣ ਤੱਕ ਕਿੰਨੇ ਸਾਲ ਸੀ? ਇਹ 4 ਸਾਲ ਹੋ ਗਿਆ ਬਾਬੂ ਜੀ। 4 ਸਾਲ ਸੇ ਤੁਮ ਇੱਕ ਸਾਥ ਕੰਮ ਕਰਦੇ? ਜੀ ਜੀ। ਖਾਣੇ ਕਿਆ ਆਪਣਾ ਤੰਦੂਰ ਕਾ ਕੰਮ ਕਰਤਾ? ਇਹ ਤੰਦੂਰੀਆ ਹੈ ਬਾਬੂ ਜੀ, ਤੰਦੂਰ ਕੇ ਕਾਰੀਗਰ ਨੰਬਰ 1 ਕਾ ਬਾਬੂ ਜੀ। ਲਕਵਾ ਮਾਰਨੇ ਕੇ ਬਾਅਦ ਇਸਕੋ ਜਹਾਂ ਤੇ ਕੰਮ ਕਰਤਾ ਹੋਵੇ ਕਿਸੇ ਨੇ ਹੈਲਪ ਨਹੀਂ ਕੀਤਾ? ਨਾ ਕੋਈ ਨਹੀਂ ਹੈਲਪ ਕੀਤਾ, ਕੋਈ ਹੈਲਪ ਨਹੀਂ ਕੀਤਾ। ਤੁਸੀਂ ਆ ਦੇਖ ਸਕਦੇ ਹੋ ਵੀਰ ਦੇ ਕੋਈ ਹੈਲਪ ਨਹੀਂ ਕੀਤਾ ਅੱਜ ਤੱਕ ਨਹੀਂ ਆ। ਵੀਰ ਦੇ ਹੱਥ ਦੇਖੋ ਜੀ, ਤੁਸੀਂ ਦੇਖ ਲਓ ਬਾਬੂ ਜੀ, ਪੰਜਾਬ ਦੇ ਵਿੱਚ ਲੁਧਿਆਣੇ ਸ਼ਹਿਰ ਦੇ ਵਿੱਚ ਪੂਰੇ ਪੌਸ਼ ਏਰੀਏ ਦੇ ਵਿੱਚ ਵੀਰੇ ਪਿਆ, ਹੱਥਾਂ ਦੇ ਉੱਪਰ ਮੈਲ ਇਸ ਤਰੀਕੇ ਨਾਲ ਚੜ੍ਹੀ ਆ। ਇਹ ਇਹਨਾਂ ਦੀ ਮੈਲ ਨਹੀਂ ਜੀ, ਇਹ ਗਿਰੀ ਹੋਈ ਇਨਸਾਨੀਅਤ, ਮਰ ਚੁੱਕੀ ਇਨਸਾਨੀਅਤ ਦੀ ਮੈਲ। ਦੇਖੋ ਵੀਰ ਦੇ ਹੱਥ ਬਾਹਰ ਆ ਚੁੱਕੇ ਆ, ਕੰਬ ਰਿਹਾ ਵਿਚਾਰਾ, ਇਹ ਇਸ ਟਾਈਮ ਬੜੀ ਮਾੜੀ ਹਾਲਤ 'ਚ। ਅਸੀਂ ਤੁਹਾਨੂੰ ਹੂ ਬਹੂ ਉੱਦਾਂ ਹੀ ਦਿਖਾਉਣਾ ਚਾਹੁੰਦੇ ਸੀਗੇ ਜਿਸ ਹਾਲਾਤ ਦੇ ਵਿੱਚ ਇਹ ਵੀਰ ਬੈਠਾ ਵਾ। ਇਹ ਆਪਣਾ ਨਾਮ ਰਮੈਣ ਦੱਸਦਾ ਜੀ, ਅਤੇ ਅਸੀਂ ਪੰਜਾਬ ਕੇਸਰੀ ਅਖਬਾਰ ਦੇ ਵਿੱਚ ਅੱਜ ਖਬਰ ਪੜ੍ਹੀ, ਮੇਰੇ ਦੋਸਤ ਆ ਜੀ ਰੀਠੂ ਗਰੇਵਾਲ, ਅਤੇ ਉਹਨਾਂ ਨੇ ਮੈਨੂੰ ਅੱਜ ਦੱਸਿਆ, ਅਤੇ ਇੱਕ ਮੇਰੇ ਹੋਰ ਦੋਸਤ ਆ ਮਿੱਤਰ ਜੀ, ਉਹਨਾਂ ਦਾ ਮੈਨੂੰ ਫੋਨ ਆਇਆ ਵੀ ਇੱਦਾਂ ਕਰਕੇ ਪੰਜਾਬ ਕੇਸਰੀ ਅਖਬਾਰ ਦੇ ਵਿੱਚ ਖਬਰ ਆਈ ਆ, ਤੁਸੀਂ ਦੇਖੀ ਆ, ਤਾਂ ਅਸੀਂ ਅੱਜ ਇੱਥੇ ਦੇਖਣ ਆਏ ਸੀ ਇਹਨਾਂ ਨੂੰ ਵੀ ਚੈੱਕ ਕਰਕੇ ਆਈਏ ਵੀ ਹੈਗੇ ਵੀ ਆ ਉੱਥੇ ਵੀਰ ਕਿ ਨਹੀਂ ਹੈਗੇ, ਪਰ ਹੁਣ ਅਸੀਂ ਆ ਕੇ ਹਾਲਾਤ ਦੇਖਿਆ ਜੀ, ਤੁਸੀਂ ਦੇਖ ਸਕਦੇ ਹੋ ਜੀ, ਆਹ ਕੱਪੜੇ ਇਹਨਾਂ ਦੇ ਪਏ ਆ, ਰੋਟੀਆਂ ਖਿੱਚਦੀਆਂ ਪਈਆਂ, ਇੱਥੇ ਹੀ ਟੋਇਲਟ ਬਾਥਰੂਮ ਕਰਦੇ ਆ ਜੀ, ਸਾਰੀ ਜਗ੍ਹਾ ਦੇਖੋ ਤੁਸੀਂ, ਗੰਦਗੀ ਨਾਲ ਭਰੀ ਹੋਈ ਆ ਜੀ। ਅਤੇ ਇੱਧਰ ਨੂੰ ਘੁਮਾਓ ਜੀ, ਇਹ ਰੋਡ ਆ ਜੀ ਸਾਹਮਣੇ, ਔਰ ਸਪੋਰਟਸ ਅਥਾਰਟੀ ਇੰਡੀਆ ਆਫ ਇੰਡੀਆ ਦਾ ਆਫਿਸ ਆ ਜੀ ਸਾਹਮਣੇ, ਤੁਸੀਂ ਦੇਖ ਸਕਦੇ ਹੋ। ਅਤੇ ਆਹ ਸਾਡੇ ਗੁਰੂ ਨਾਨਕ ਸਟੇਡੀਅਮ ਆ ਜੀ, ਸਾਰਾ ਲੁਧਿਆਣੇ ਦਾ ਸਭ ਤੋਂ ਮੇਨ ਕਹਿ ਸਕਦੇ ਹਾਂ ਜੀ ਧੁਰਾ ਹੈ ਗੁਰੂ ਨਾਨਕ ਸਟੇਡੀਅਮ। ਅਤੇ ਸਾਹਮਣੇ ਕਮਿਸ਼ਨਰ ਸਾਹਿਬ ਦਾ ਆਫਿਸ ਆ ਜੀ, ਲੁਧਿਆਣੇ ਦੇ ਕਮਿਸ਼ਨਰ ਸਾਹਿਬ ਦਾ ਜੀ, ਸੋਰੀ ਘਰ ਆ ਉਹਨਾਂ ਦਾ ਆਫਿਸ ਦੇ ਘਰ ਆ। ਅਤੇ ਇਸ ਤਰਫ ਤੁਸੀਂ ਦੇਖ ਸਕਦੇ ਹੋ ਜੀ, ਆਹ ਦੁਰਗਾ ਮਾਤਾ ਦਾ ਮੰਦਰ ਆ ਜੀ, ਮਾਤਾ ਰਾਣੀ ਚੌਂਕ ਆ ਜੀ, ਇੱਥੇ ਭਾਰਤ ਨਗਰ ਚੌਂਕ ਤੋਂ ਅਗਲਾ ਚੌਂਕ ਜੀ ਲੁਧਿਆਣੇ ਦੇ ਵਿੱਚ। ਅਸੀਂ ਇਹ ਨਹੀਂ ਕਹਿੰਦੇ ਜੀ ਵੀ ਇਹਨਾਂ ਦੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਸੀ ਇਹਨਾਂ ਨੂੰ ਇਹ ਸਾਂਭਦੇ ਜਾਂ ਕੁਛ ਹੋਰ ਕਰਦੇ, ਅਸੀਂ ਇਹ ਕਹਿੰਦੇ ਹਾਂ ਵੀ ਕੋਈ ਵੀਰ ਤਾਂ ਇਹਨਾਂ ਦੀ ਖਾਤਰ ਖੜਨਾ ਚਾਹੀਦਾ, ਕਿਸੇ ਨੂੰ ਤਾਂ ਇਨਸਾਨ ਨੂੰ, ਕਿਸੇ ਸੰਸਥਾ ਨੂੰ, ਕਿਸੇ ਨੂੰ ਤਾਂ ਆ ਕੇ ਇਹਨਾਂ ਦੀ ਹੈਲਪ ਕਰਨੀ ਚਾਹੀਦੀ ਹੈ ਜੀ, ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਇਨਸਾਨ ਦੀ ਵੈਲਿਊ ਬਿਲਕੁਲ ਹੀ ਖਤਮ ਹੋ ਗਈ ਹੈ ਜੀ। ਜਿਵੇਂ ਆਪਾਂ ਸੁਣਦੇ ਹਾਂ ਜੀ ਬਾਹਰਲੇ ਕੰਟਰੀਆਂ ਦੇ ਵਿੱਚ, ਇੱਕ ਇਨਸਾਨ ਨੂੰ ਜਾਂ ਇੱਕ ਜਾਨਵਰ ਨੂੰ ਬਚਾਉਣ ਦੀ ਖਾਤਰ ਵੀ ਉਹ ਕਰੋੜਾਂ ਅਰਬਾਂ ਰੁਪਈਆ ਦਾਜ 'ਤੇ ਲਾ ਦਿੰਦੇ ਆ, ਅਤੇ ਪੂਰੇ ਸਾਰਾ ਆਪਦਾ ਜਿੰਨਾ ਵੀ ਉਹਨਾਂ ਦਾ ਅਮਲਾ ਹੁੰਦਾ ਉਹਨੂੰ ਬਚਾਉਣ 'ਤੇ ਜੁੜ ਜਾਂਦਾ। ਅਤੇ ਪਰ ਆਪਣੇ ਇੱਥੇ ਸਾਰਾ ਅਮਲਾ ਇੱਥੋਂ ਹੀ ਨਿਕਲ ਰਿਹਾ ਜੀ, ਇਹ ਦੇਖ ਸਕਦੇ ਹੋ ਤੁਸੀਂ ਗੱਡੀਆਂ ਜਾਂਦੀਆਂ ਰੋਡ ਦੇ ਉੱਪਰ, ਕਿੰਨੀ ਟ੍ਰੈਫਿਕ ਜਾ ਰਹੀ ਹੈ ਜੀ, ਕਿੰਨੇ ਲੋਕ ਜਾ ਰਹੇ ਆ, ਪੂਰਾ ਵਧੀਆ ਏਰੀਆ ਜੀ, ਕੋਈ ਐਂ ਵੀ ਨਹੀਂ ਹੈਗਾ ਵੀ ਕੋਈ ਬਹੁਤ ਮਾੜਾ ਏਰੀਆ, ਸਲੰਮ ਏਰੀਆ ਜਾਂ ਕੋਈ ਇੱਥੇ ਹੈ ਹੀ ਨਹੀਂ ਪੁੱਛਣ ਵਾਲਾ ਵੀ ਇੱਥੇ ਬਹੁਤ ਜ਼ਿਆਦਾ ਭਿਖਾਰੀ ਬੈਠੇ ਆ, ਕੋਈ ਇੱਦਾਂ ਦੀ ਗੱਲ ਨਹੀਂ। ਇਹ ਵੀਰ ਦੱਸਦੇ ਤੰਦੂਰੀਏ ਦਾ ਕੰਮ ਕਰਦਾ ਜੀ, ਅਤੇ ਬਹੁਤ ਵਧੀਆ ਕਾਰੀਗਰ ਆ ਜੀ ਤੰਦੂਰੀਏ ਦਾ ਇਹ, ਅਤੇ ਬਹੁਤ ਹੀ ਟਾਈਮ ਤੋਂ ਕਹਿੰਦੇ ਕੰਮ ਆਪਦੇ ਕਰ ਕਰਕੇ ਮਿਹਨਤ ਕਰਕੇ ਆਪਦਾ ਪਰਿਵਾਰ ਨੂੰ ਵੀ ਪਾਲ ਰਿਹਾ ਸੀ, ਪਰ ਲਕਵਾ ਮਰ ਗਿਆ ਇਸ ਟਾਈਮ, ਇਹਦੀ ਲੱਤਾਂ ਵੀ ਕੰਮ ਨਹੀਂ ਕਰਦੀਆਂ, ਇੱਕ ਸਾਈਡ ਬਾਂਹ ਵੀ ਖੜ ਗਈ ਆ ਜੀ ਇਹਦੀ, ਕੋਈ ਕੱਪੜਾ ਨਹੀਂ ਜੀ ਇਹਨਾਂ ਕੋਲ। ਵੀਰ ਦੱਸਦਾ ਇਹੀ ਵੀਰ ਇਹਨਾਂ ਦੇ ਲੈਟਰਿੰਗ ਪਿਸ਼ਾਬ ਕਰਾਉਂਦਾ, ਇਹੀ ਖਾਣਾ ਦਾਣਾ ਇਹਨੂੰ ਮਾੜਾ ਮੋਟਾ ਜੋ ਖਵਾਉਂਦਾ, ਸੇਵਾ ਕਰਦਾ ਵੀਰ, ਆਹ ਵੀ ਤਰਪਾਲ ਵਗੈਰਾ ਇਹ ਨਹੀਂ ਵਿਛਾ ਕੇ ਦਿੱਤੀ, ਉਹ ਪੱਤਰਕਾਰ ਕੱਲ੍ਹ ਆਏ ਸੀ ਉਹ ਦੇਖ ਕੇ ਗਏ ਆ, ਅਤੇ ਉਹਨਾਂ ਦੀ ਫੋਟੋ ਵਗੈਰਾ ਖਿੱਚ ਕੇ ਲੈ ਕੇ ਗਏ ਆ ਇਹਨਾਂ ਦੀ। ਅਤੇ ਹੁਣ ਸਾਡੀ ਸੰਸਥਾ ਜੀ ਮਨੁੱਖਤਾ ਦੀ ਸੇਵਾ, ਸਭ ਤੋਂ ਵੱਡੀ ਸੇਵਾ ਜੋ ਐਨ ਜੀ ਓ ਸਾਡਾ ਹੈਗਾ ਜੀ ਚੱਲਦਾ ਲੁਧਿਆਣੇ ਦੇ ਵਿੱਚ, ਅਤੇ ਅਸੀਂ ਇਹਨਾਂ ਦੀ ਹੁਣ ਸੇਵਾ ਕਰਾਂਗੇ, ਗੁਰੂ ਮਹਾਰਾਜ ਦੀ ਕਿਰਪਾ ਨਾਲ ਅਸੀਂ ਇਹਨਾਂ ਨੂੰ ਲੈਣ ਆਏ ਹਾਂ ਜੀ। ਬਾਕੀ
ਸਾਡਾ ਨੰਬਰ ਜਿਵੇਂ ਤੁਸੀਂ ਸਾਰੇ ਜਾਣਦੇ ਹੋ ਜੀ 97803-0073 ਹੈ ਜੀ 97803-0073 ਸਾਡੀ ਸੰਸਥਾ ਨੰਬਰ ਜੇ ਕੋਈ ਵੀਰ ਜਾਣਕਾਰੀ ਲੈਣਾ ਚਾਹੁੰਦਾ ਹੋਵੇ ਤਾਂ ਸਾਡੇ ਤੋਂ ਲੈ ਸਕਦਾ ਜੀ ਫੋਨ ਕਰਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।